हेलो गाइस, सत श्री अकाल सारे, स्वागत है साडे आज दे व्लॉग च मिस्टर मिसेस थापर चैनल ते। हेलो गाइस, सत श्री अकाल ते नमस्ते सब नू। ते जिद्दा कि तुहानू पता ही है कि अज हैगा करवा चौथ दा व्रत व्रत सॉरी पंजाबी ते हले सरगी दा वेला ना, सरगी दा वेला गाना गा लगी, मतलब मेरे अखा सुजी हाँ, मेरा दा सुत्ता ही नहीं है। मैनू मेरी व्याह तो बाद दी पहला, मतलब मेरा पहला वरता ते मैनू पहली सरगी मिलन वाली आ। ते 3:15 हो चुके ने ते मम्मा सेवियां ਹੁੰਦੀਆਂ ਮਿੱਠੀਆਂ ਉਹ ਬਣਾ ਰਹੇ ਨੇ ਥੱਲੇ, ਸਬਜ਼ੀ ਰੋਟੀ ਬਣੀ ਜੋ ਵੀ ਖਾਣਾ ਹੁੰਦਾ ਸਭ ਜੋ ਜੋ ਵੀ ਹੁੰਦਾ ਆ। ਤੇ ਮੈਨੂੰ ਤਾਂ ਪਤਾ ਨਹੀਂ ਹੈ ਨਾ, ਮੰਮਾ ਨੂੰ ਪਤਾ ਆ। ਤੇ ਬਸ ਹੁਣ ਆਪਾਂ ਚੱਲੇ ਹਾਂ। ਤੇ ਮਤਲਬ ਆਊਟਫਿਟ ਮੈਂ ਇਸ ਟਾਈਮ ਗ੍ਰੀਨ ਸੂਟ ਵੇਅਰ ਕੀਤਾ ਆ ਤੇ ਬਾਅਦ ਚ ਸ਼ਾਮੀ ਖੜਿਆ ਜਾਣਾ ਖੜਿਆ ਇਹ ਆਪਾਂ ਮੈਚਿੰਗ ਮੈਚਿੰਗ ਕੀਤੀ ਆ। ਯੈਸ, ਆਪਾਂ ਗ੍ਰੀਨ ਗ੍ਰੀਨ ਮੈਚਿੰਗ ਕੀਤੀ ਆ ਕਿਉਂਕਿ ਗ੍ਰੀਨ ਕਲਰ ਸ਼ੁਭ ਹੁੰਦਾ ਇਸ ਕਰਕੇ ਗ੍ਰੀਨ ਕਲਰ ਵੇਅਰ ਕੀਤਾ। तो हम आप चलते हैं थले तो ब्लॉग च इदा ही बने रहे बिकॉज हजे बहुत ज्यादा कुछ बहुत इंटरेस्टिंग ब्लॉग होगा। यस, इंटरेस्टिंग ब्लॉग होगा आज वाला। नाले बस मैंने कल पायो ना आज। ठीक, चलो चलिए। मैं सच सच के थले आ चुकी हूँ, सज धज के थले आ चुकी हूँ। हम वेट कर दी गई कि मैं कुछ खावा पीवा तो जाके रेस्ट करा, फिर मैं सीधा जो चार निकल उठा। चंद तो निकल गया था। चलो मैं बन गया बहुत ज्यादा नहीं है, बहुत मनना नहीं है, सुते ही नहीं है। क्यों नहीं मनना, मेरी अखा तो नहीं मनन गए। सुते ही नहीं है, कल भी नहीं सुते ही क्योंकि कल मम्मा उन्होंने आना ही। ਅਤੇ ਆਪਾਂ ਅਲਾਰਮ ਲਗਾਇਆ ਸੀ ਅਤੇ ਅਲਾਰਮ ਕੀ ਵੇਖਣਾ ਸੀ, ਆਪਾਂ ਇੱਦਾਂ ਹੀ 1 ਘੰਟੇ ਬਾਅਦ ਉੱਠਦੇ ਸੀ ਅਤੇ 6 ਵੱਜ ਗਏ 6 ਵੱਜ ਗਏ ਅਤੇ ਕੱਲ੍ਹ ਵੀ ਆਪਾਂ 6 ਵਜੇ ਉੱਠੇ ਹਾਂ। ਆਹ ਵਲੌਗ ਵੀ ਇੱਕਦਮ ਨੀਂਦ ਆਈ, ਮੇਰੀ ਅੱਖਾਂ ਵੀ ਇੱਕਦਮ ਨੀਂਦ ਆਈ। ਮੈਂ ਫਿਰ ਆਪਣਾ ਆਪਣਾ ਫਿਲਮ ਲੈ ਆਓ, ਖਾਣੇ ਦੀ ਲੈ ਲੈ ਆਓ। ਕੁੱਕਰ ਦੀ ਆਵਾਜ਼ ਆ ਰਹੀ ਹੈ, ਮੇਰਾ ਵੀ ਵਰਤ ਹੈ ਖਾਣੇ ਪੀਣੇ ਦਾ। ਮੇਰੇ ਸਾਹਮਣੇ ਮੈਂ ਖਾਣਗੀ, ਬਸ ਤੁਸੀਂ ਵੇਖੀ ਜਾਇਓ ਅੱਜ ਹੁੰਦਾ ਕੀ ਹੈ। ਤੇਰਾ ਵਰਤ ਹੈਗਾ ਆ ਕਿ ਤੈਨੂੰ ਮੈਂ ਪੀਜ਼ਾ ਖਵਾ ਦਾਂਗਾ। ਮੈਂ ਲੱਕ ਉਦੋਂ ਦੀ ਟਿਕਣ ਦੀ ਕਿ ਮੈਨੂੰ ਹੋਰ ਪੀਜ਼ਾ ਖਾਉਂਦੀ, ਮੈਂ ਹੋਰ ਪੀਜ਼ਾ ਖਾਉਂਦੀ। ਤੈਨੂੰ ਮੈਂ ਕਿਹਾ ਸੀ ਪੀਜ਼ਾ ਖਾ ਲੈ, ਤੂੰ ਆ ਮੂੰਹ ਬਣਾ ਕੇ ਨਾਲ ਨੂੰ ਮੇਰੇ ਕੋਲ ਜਦੋਂ ਘਰ ਵਾਲੇ ਕਿਸੇ ਜਾਂਦੇ ਆ ਬੰਦੇ ਦਾ ਫਰਜ਼ ਬਣਦਾ ਆ ਕਿ ਉਹ ਉਹਨੂੰ ਪੀਜ਼ਾ ਲੈ ਕੇ ਉਹ ਖਾਈ ਲੈ ਤੇ ਰਸੀ ਲੈਣ ਦਾ ਖਾ ਖਾ ਤੇ ਮੈਂ ਲੈਣਾ ਹੀ ਪਾਗਲ ਟਾਈਮ ਹੀ ਲੱਗਾ ਉਸ ਤੋਂ ਬਾਅਦ ਮੈਂ ਕਿਹਾ ਹੁਣ ਖਾਂਦੇ ਆਪਾਂ ਮਾਰਕੀਟ ਚੱਲ ਗਏ। ਮੇਰਾ ਹਸਬੈਂਡ ਕੋਲ ਮੇਰੇ ਲਈ ਟਾਈਮ ਨਹੀਂ ਹੈਗਾ, ਮੈਂ ਤਾਂ 5 ਛੋਲੇ ਵੀ ਖਾ ਲਏ ਬਾਅਦ। ਉਸ ਵੇਲੀਆਂ ਨਾ ਮਾਰ, ਮੇਰੀ ਸਪੇਸ ਫੁੱਲ ਕਰ ਦਿੱਤੀ। ਹੁਣ ਪਤਾ ਕੀ ਕਰਿਆ ਕਰਨਾ, ਤੁਸੀਂ ਪਹਾੜੀ ਪੰਜਾਬੀ ਬੋਲਿਆ ਕਰਨੀ, ਮੈਂ ਹਿਮਾਚਲੀ ਬੋਲਿਆ ਕਰਨੀ। ਤਿੰਨ ਜੋ ਤਾਂ ਮੈਂ ਬੋਲਦੀ ਰਹਿੰਦਾ ਹਾਂ, ਦਵਾਈ ਦੇ ਤਿੰਨ ਜੋ ਤਾਂ ਮੈਂ ਗਲਾਂਦਾ ਰਹਿੰਦਾ ਕਿ ਤੂੰ ਪਹਾੜੀ ਬੋਲਿਆ ਕਰ, ਪਹਾੜੀ ਬੋਲਿਆ ਕਰ। ਤਾਂ ਬੋਲਦੀ ਮੈਂ ਜੋ ਕੋਈ ਫਰਕ ਨਹੀਂ ਪੈਂਦਾ। ਆਈ ਕਰਤੀ ਦੇਖਿਆ ਮੈਂ ਸਿਖਾਤੀ ਨਾ। ਚਲ ਬਸ ਬਾਏ, ਚੁੜਾ ਮੇਰਾ ਬਣੇ ਰਹੋ ਵਲੌਗ ਦੇ ਨਾਲ। ਤੇ ਗਾਇਸ ਰੋਟੀਆਂ ਸਿੱਧੀ ਆ ਗਈ, ਪਰੌਂਠੀਆਂ ਇਹਦੇ ਲਈ ਮੈਂ ਬਣਾਈਆਂ, ਉਹ ਜੋ ਫੁਲਕੇ ਬਣਾਏ ਦੇ ਹਿੰਮਾ ਨੇ, ਤਾਂ ਮੈਂ ਚੱਲ ਤੈਨੂੰ ਪਰੌਂਠੀਆਂ ਬਣਾ ਦਿੰਦਾ। ਕੁਛ ਪਰੌਂਠੀਆਂ ਬਣਾਈਆਂ ਤੇਰੇ ਲਈ ਸਪੈਸ਼ਲ, ਆਟਾ ਅਜੇ ਵੀ ਲੱਗਾ ਮੇਰੇ ਹੱਥਾਂ ਨੂੰ। ਚਲੋ ਖਾਣ ਲੱਗੇ ਆਪਾਂ। ਲਾਤੇ
ਕੀ ਗੱਲ ਲੱਗੀ ਹੈ ਮੈਨੂੰ ਹੁਣ ਅੱਜ ਤੋਂ ਸਮਿਲੇ ਸਰਗੀ ਚ ਚੂੜੀਆਂ ਮਿਲੀਆਂ ਜਿਹੜੀਆਂ ਕੱਚ ਮਿਲੀਆਂ ਸੁਹਾਗੀ ਉਹ ਇੱਕੋ ਹੀ ਹੁੰਦੀਆਂ ਐਸ ਐਸ ਤੋਂ ਦੋਵੇਂ ਤਿੰਨੋਂ ਨੀ ਮਿਲੀਆਂ ਸੁਹਾਗੀ ਚ ਚੂੜੀਆਂ ਪਾਚਾ ਬੰਦ ਨੋਟਾਂ ਦੇ ਟਵਿੱਤਰੀ ਸੋਹਣੀ ਕੁੜੀ ਤੂੰ ਕਹਿ ਕੌਣ ਕੈਸੇ ਕੌਣ ਸੱਚ ਉਹ ਵੀ ਨੀ ਕਰਨੀ ਓਹੋ ਕਿੱਦਾਂ ਰਹੂੰਗਾ ਮੈਂ ਹੋਲਸੇਲ ਮਾਰਕੀਟ ਆਈਡੀਆ ਸਾਰਾ ਕੰਮ ਕਰ ਲਿਆ ਤੈਨੂੰ ਪਤਾ ਸਾਰਾ ਕੰਮ ਕਰ ਲਿਆ ਇੱਕ ਕੰਮ ਨਹੀਂ ਆਯੁਸ਼ਮਾਨ ਸਭ ਕਹਿ ਰਹੇ ਹੋਰ ਲਾ ਦੋ ਉੱਪਰ ਲਾ ਉੱਪਰ ਤੇ ਮੈਂ ਰੈਡੀ ਹੋ ਚੁੱਕੀ ਹਾਂ ਤੇ ਮੈਂ ਵੇਅਰ ਕੀਤਾ ਰੈਡ ਕਲਰ ਦਾ ਸੂਟ ਅੱਜ ਤੇ ਇਹਨਾਂ ਨੇ ਮੇਰਾ ਮੈਚਿੰਗ ਕੀਤੀ ਕੰਟਰਾਸਟ ਸੋਰੀ ਤੇ ਬਸ ਹੁਣ ਆਪਾਂ ਚੱਲੇ ਹਾਂ ਕਥਾ ਸੁਣਨ ਤੇ ਆਓ ਚੱਲੀਏ ਤੇ ਮੰਮਾ ਥੱਲੇ ਰੈਡੀ ਹੋ ਗਏ ਨੇ ਬਸ ਮੰਮਾ ਦੀ ਲੁੱਕ ਨੂੰ ਮੰਨੇ ਆਪਾਂ ਫਾਈਨਲ ਤੇ ਇਹ ਦੀ ਟਿੱਕਾ ਲਗਾਵਾਂ ਐਸੀ ਹੋਣ ਲੱਗੇ ਥੱਲੇ ਆਈ ਗਈ ਮੈਂ ਵੀ ਤਿਆਰ ਨਵੇਂ ਪਾਏ ਸੀ ਮੈਂ ਵੀ ਤੇ ਗਾਇਸ ਮੰਮਾ ਨਹੀਂ ਹੋਏ ਸੀਗੇ ਤਿਆਰ ਲੇਟ ਤੇ ਇਸ ਕਰਕੇ ਹੁਣ ਕਥਾ ਜਿਹੜੀ ਉਹ ਫੋਨ 'ਚ ਸੁਣਦੇ ਪਏ ਨੇ ਤੇ ਮੈਂ ਤੁਹਾਨੂੰ ਕਹਿੰਦਾ ਕਹਾਂ ਥੈਂਕਸ ਤਿੰਨ ਚਾਰ ਵਾਰੀ ਲਾਉਣਾ ਹੁੰਦਾ ਤੇ ਗਾਈਜ਼ ਉਮਾ ਦੀ ਜੁੱਤੀ ਚੁੱਕੀ ਗਈ ਬੰਦਰ ਸਪੈਸ਼ਲ ਲੱਗੀ ਜੁੱਤੀ ਤੋਂ ਹੀਲ ਵਾਲੀ ਜੁੱਤੀ ਪਾਈ ਕਿ ਚੱਲ ਮੈਂ ਤੇ ਮੰਦਰ ਜਾ ਰਹੀ ਹਾਂ ਤੇ ਚਕਾਲੀ ਆ ਹੁਣ ਚੁੱਕੀ ਗਈ ਆ ਕਿਉਂ ਉਮਾ ਤੁਹਾਡੇ ਜੀ ਕਰ ਗਿਆ ਬਾਬਾ ਕੈਮਰਾ ਲਏ ਹੁਣ ਤਾਂ ਹੋਇਆ ਕਿ ਤੁਹਾਡਾ ਨਾਲ ਜੁੱਤੀ ਪਸੰਦ ਆ ਗਈ ਰੱਬ ਨੇ ਸੰਕੇਤ ਵੀ ਦਿੱਤਾ ਸੀ ਕਥਾ ਘਰ ਸੁਣ ਲਈ ਸਾਰਾ ਕੁਝ ਕਰ ਲਿਆ ਲੱਕੀ ਜੁੱਤੀ ਵੀ ਪਾ ਲਈ ਨਹੀਂ ਸਪੈਸ਼ਲ ਹੀਲ ਚ ਕਹਾਣੀ ਕਹਿੰਦੇ ਮੈਂ ਬਸ ਠੀਕ ਆ ਹੁਣ ਪੈਰ ਵੀ ਮੈਚ ਕਰ ਕਿਉਂ ਕੀ ਕਹਿੰਦੇ ਮਾੜਾ ਕੀ ਧੱਕਾ ਹੋਇਆ ਮੰਮਾ ਉਹਦਾ ਸੁਣ ਲਈ ਕਿਤੇ ਇੱਥੇ ਲੱਕੀ ਜੁੱਤੀ ਪਾ ਕੇ ਚੱਲੇ ਬਾਅਦ ਚ ਹੀਲ ਪਾ ਲਈ ਉੱਥੇ ਜਾ ਕੇ ਲਾਈ ਕੋਈ ਚੁੱਕ ਕੇ ਲੈ ਗਿਆ ਕਥਾ ਸੁਣ ਕੇ ਕਥਾ ਪਕਾਰੀ ਸੁਣ ਲਈ ਸੀ ਮੇਰੇ ਮੰਦਰ ਮੱਥਾ ਟੇਕਣ ਗਏ ਸੀ
हूँ आप घर आ गए तो हूँ आप रखी है माँ चने की दाल तो नाल चावल बनाने लगे हाँ सवेरे जी सर्गी से मैंने मम्मा ने दी सी तो हूँ जी बनानी मैं बनानी हाँ सो मैं लगी हाँ दाल चावल बना तो उस तो बाद मिलते हैं तो चंद्रमे की वेट हो रही है तो मैं अपनी दूजी चुनी उतार दी है बिकॉज बहुत ज़्यादा हैवी आ तड़का सही शुगर रबा शुगर बहाने सही आ दिन के आया मैं तो तेन साढ़े सात अठ बजे पहला पुछता पैना कि पिज्जा खाना पिज्जा खाना पिज्जा खाना तू नहीं खादा हूं खा दाल लाओ तड़के ते खाओ दाल अच्छा जल दूजी हो गई मेरे भी ला ला भावे कोई नहीं तू भी ला ले चल भाई हां जी बाकी नैन्सी नू नहीं पता की लिया समय मिलती रही आलोम भावे मेरे रास्ते लिया तू किधर गई है देखी भला सूट तो कहते देखो वादू आ ठूठी दोवां दा कहंदा मतलब कहंदा मतलब दोवां दा मतलब मेरे वास्ते ना आवे कुछ दे 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 गेड़ा चोड़ा नू फाइनली फाइनली इन्ने टाइम बाद पता लग गया रोटी की वैल्यू भुखे रह के खाओ जल्दी जल्दी माने तो ना करो बड़ी देर की वेट करो यार इदा ना करो इदा ना करो धक्का ना करो रोटी की कदर नो की जाने जिन्हों मिलती है पक्की पकाई रोटी गलत गल है गलत गल है गलत